ਤੁਹਾਡਾ ਨਾਮ ਬੇਬੀ ਕਿਹੜੇ ਪਿੰਡ ਤੋਂ ਮੇਰਾ ਪਿੰਡ ਥੋਬਾ ਹਾਂਜੀ ਤੁਸੀਂ ਆਪਣੀ ਗਵਾਹੀ ਵਿੱਚ ਬੜੀ ਵੱਡੀ ਗਵਾਹੀ ਆ ਮੇਰੀ ਕਿ ਬਹੁਤ ਵੱਡਾ ਪ੍ਰਭੂ ਨੇ ਮੇਰੇ ਨਾਲ ਚਮਤਕਾਰ ਕੀਤਾ ਮੈਨੂੰ ਦਿਮਾਗ ਤੋਂ ਰੇਸ਼ਾ ਡਿੱਗਣੋਂ ਨਹੀਂ ਹਟਦਾ ਕਿਤੇ ਵੀ ਨਹੀਂ ਹਟਿਆ ਮੈਂ ਅੰਮ੍ਰਿਤਸਰ ਤੋੜੀ ਕੇ ਬੜੀ ਦਵਾ ਵੀ ਕਰਵਾਈ ਸੀਗੀ ਕਿਤੇ ਨਹੀਂ ਹਟਦਾ ਦੀ ਮੈਨੂੰ ਰੱਬ ਦੇ ਦਾਸਾਂ ਕੋ ਇੰਨਾ ਕੋਲੋਂ ਕਿੰਨੇ ਡਾਕਟਰ ਤੁਸੀਂ ਚੇਂਜ ਕਰਤੇ ਮੈਂ ਬੜੇ ਦਿਮਾਗ ਵਾਲਾ ਡਾਕਟਰ ਸਪੈਸ਼ਲ ਜਿਹੜਾ ਵਾ ਸਿਰ ਦਾ ਇਲਾਜ ਕਰਦਾ ਉਹਦੇ ਕੋਲ ਵੀ ਗਈ ਹਾਂ ਮੇਰਾ ਰੇਸ਼ੇ ਨਾਲ ਮੂੰਹ ਭਰ ਭਰ ਕੇ ਤੇ ਮੈਂ ਸੁੱਟੀ ਜਾਣਾ ਆਂਢ ਗੁਆਂਢ ਮੇਰੇ ਤੋਂ ਤੰਗ ਹੋ ਗਿਆ ਕਿੰਨੀ ਬਹੁਤ ਜ਼ਿਆਦਾ ਪ੍ਰੋਬਲਮ ਕਿੰਨੇ ਚਿਰ ਤੋਂ 7 ਸਾਲ ਰਹੀ ਮੈਨੂੰ ਦੇ 7 ਸਾਲ ਹਾਂਜੀ ਤੇ ਡਾਕਟਰ ਕਿੰਨੇ ਚੇਂਜ ਕੀਤੇ ਡਾਕਟਰ ਤੇ ਬੜੇ ਮੈਂ ਇੱਥੋਂ ਵੀ ਦਵਾਈ ਆਪਣੇ ਪਿੰਡੋਂ ਵੀ ਸੁਨਾਲਿਓ ਵੀ ਅੰਮ੍ਰਿਤਸਰੋਂ ਵੀ ਜਿੱਥੇ ਕੋ ਦੱਸ ਦਿੰਦੇ ਉੱਥੇ ਜਾਂਦੀ ਰਹੀ ਹਾਂ ਕਿੰਨੇ ਦਿਨ ਮੈਡੀਸਨ ਖਾਣੀ ਮੈਡੀਸਨ ਦੇ ਟਾਈਮ ਦੇ ਨਾਲ ਹੀ ਜਿਸ ਤਰ੍ਹਾਂ ਚਾ ਰਹਿਣਾ ਜਿੰਨਾ ਚਿਰ ਉਹਨਾਂ ਚਿਰ ਮੈਨੂੰ ਰੁਮਾਨ ਰਹਿੰਦਾ ਹੈ ਤੇ ਜਦੋਂ ਵੀ ਮੈਂ ਪ੍ਰਾਰਥਨਾ ਕਰਾਈ ਆ ਕੋਈ ਮੈਨੂੰ ਰੇਸ਼ੇ ਦੀ ਪ੍ਰੋਬਲਮ ਨਹੀਂ ਆਈ ਹਜੇ ਤੱਕ ਮੈਨੂੰ ਜ਼ੁਕਾਮ ਵੀ ਨਹੀਂ ਲੱਗਾ ਉਸ ਤੋਂ ਬਾਅਦ ਕਿੰਨਾ ਚਿਰ ਹੋ ਗਿਆ ਹੁਣ ਤੇ ਹੀਲਡੇ ਉਹ 6-7 ਮਹੀਨੇ ਹੋ ਗਏ 6-7 ਮਹੀਨੇ ਤੋਂ ਕਹਿੰਦੇ ਕਿ ਬਿਲਕੁਲ ਠੀਕ ਮੈਨੂੰ ਜ਼ੁਕਾਮ ਵੀ ਨਹੀਂ ਹੋਇਆ ਨਹੀਂ ਤੇ ਮੇਰਾ 1 ਮਹੀਨਾ ਵੀ ਨਹੀਂ ਲੰਘਦਾ ਹੁੰਦਾ ਕਿ 15 ਦਿਨ ਵੀ ਨਹੀਂ ਸੀ ਲੰਘਦੇ ਹੁੰਦੇ ਧੰਨਵਾਦ ਪਰਮੇਸ਼ਰ ਸੋਚਿਆ ਬਾਣਾ ਧੰਨਵਾਦ ਕਰੋ ਪਰਮੇਸ਼ਰ ਦਾ